ਅੰਮ੍ਰਿਤਸਰ ਦੇ ਵਿੱਚ ਨਾਰੇ ਲਗਾ ਰਿਹਾ ਇਹ ਇੱਕ ਮੁਲਜ਼ਮ ਹੈ ਜਿਸ ਦੀ ਤਲਾਸ਼ ਪੁਲਿਸ ਕਰ ਰਹੀ ਸੀ ਪਰ ਇਹ ਖੁਦ ਹੀ ਥਾਣੇ 'ਚ ਪਹੁੰਚ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਿਸ ਨੂੰ ਪੁਲਿਸ ਲੱਭ ਰਹੀ ਸੀ ਉਹ ਆਪਣੇ ਆਪ ਕਿਵੇਂ ਪੁਲਿਸ ਦੇ ਕੋਲ ਆ ਗਿਆ ਜਾਂ ਥਾਣੇ 'ਚ ਆ ਗਿਆ ਅਤੇ ਉੱਥੇ ਕਾਬੂ ਕਰ ਲਿਆ ਗਿਆ ਇਸ ਨੂੰ। ਤਾਂ ਦੱਸ ਦਈਏ ਕਿ ਇਹ ਜਿਹੜਾ ਸ਼ਖਸ ਹੈ ਇਸ ਦੇ ਖਿਲਾਫ ਇੱਕ ਨੌਜਵਾਨ ਨੂੰ ਉਕਸਾਉਣ ਦੇ, ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਅਤੇ ਨਾਲ ਹੀ ਕੁੱਟਮਾਰ ਕਰਨ ਦੇ ਦੋ ਮਾਮਲੇ ਦਰਜ ਨੇ। ਇਸੇ ਨੂੰ ਲੈ ਕੇ ਹੀ ਪੁਲਿਸ ਇਸ ਨੂੰ ਤਲਾਸ਼ ਰਹੀ ਸੀ। ਅਦਾਲਤ ਦੇ ਵੱਲੋਂ ਵੀ ਅਰੈਸਟ ਵਾਰੰਟ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਇਸ ਮੁਲਜ਼ਮ ਨੂੰ ਇਸ ਦੀ ਜਾਣਕਾਰੀ ਨਹੀਂ ਸੀ, ਜੋ ਕਿ ਥਾਣੇ ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਨੂੰ ਮਿਲਣ ਦੇ ਲਈ ਆਇਆ ਤੇ ਉੱਥੇ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਇਸ ਮੁਲਜ਼ਮ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਖਿਲਾਫ ਅਰੈਸਟ ਵਾਰੰਟ ਨਿਕਲੇ ਹੋਏ ਨੇ ਜਾਂ ਪੁਲਿਸ ਉਸਨੂੰ ਤਲਾਸ਼ ਰਹੀ ਹੈ। ਪੁਲਿਸ ਦੇ ਮੁਤਾਬਿਕ ਇੱਕ ਪ੍ਰਾਪਰਟੀ ਡੀਲਰ ਵਿਕਰਮ ਸਿੰਘ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਉਸਦੇ ਬੇਟੇ ਨੂੰ ਖੁਦਕੁਸ਼ੀ ਕਰਨ ਲਈ ਇਸ ਸ਼ਖਸ ਜਿਸਦਾ ਨਾਮ ਅਵਤਾਰ ਸਿੰਘ ਦਿਓਲ ਹੈ ਉਸਨੇ ਮਜਬੂਰ ਕੀਤਾ ਸੀ, ਜਿਸ ਲਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਤਰਨ ਤਾਰਨ ਦਾ ਹੈ ਜਿੱਥੇ ਇੱਕ ਪ੍ਰਾਪਰਟੀ ਡੀਲਰ ਵਿਕਰਮ ਸਿੰਘ ਨੇ ਦੱਸਿਆ ਹੈ ਕਿ ਉਹ ਅਤੇ ਉਸਦਾ ਬੇਟਾ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ ਅਤੇ ਇਸੇ ਅਵਤਾਰ ਸਿੰਘ ਦਿਓਲ ਨੇ ਉਸਦੇ ਪੁੱਤਰ ਦੇ ਖਿਲਾਫ ਝੂਠੀ ਸ਼ਿਕਾਇਤ ਦਿੱਤੀ, ਉਸਨੂੰ ਤੰਗ ਪਰੇਸ਼ਾਨ ਕੀਤਾ, ਬਲੈਕਮੇਲ ਕਰਨ ਲੱਗਿਆ, ਜਿਸ ਤੋਂ ਦੁਖੀ ਹੋ ਕੇ ਉਹਨਾਂ ਦੇ ਪੁੱਤ ਨੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਇਲਾਵਾ ਅਵਤਾਰ ਸਿੰਘ ਤੇ ਦੋ ਹੋਰ ਮਾਮਲੇ ਵੀ ਦਰਜ ਨੇ ਕੁੱਟਮਾਰ ਕਰਨ ਦੇ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਸ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਕਿ ਪੁਲਿਸ ਉਸ ਤੱਕ ਪਹੁੰਚਦੀ ਇਹ ਖੁਦ ਹੀ ਥਾਣੇ ਦੇ ਵਿੱਚ ਪਹੁੰਚ ਗਿਆ ਕਿਸੇ ਪੁਲਿਸ ਅਧਿਕਾਰੀ ਨੂੰ ਮਿਲਣ ਦੇ ਲਈ ਤੇ ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਥਾਣੇ ਦੇ ਵਿੱਚ ਇਸ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਇਹ ਪੁਲਿਸ ਦੇ ਖਿਲਾਫ਼ ਧੱਕੇ ਸ਼ਾਹੀ ਦੇ ਇਲਜ਼ਾਮ ਲਗਾਉਂਦਾ ਨਾਅਰੇਬਾਜ਼ੀ ਕਰਨ ਲੱਗ ਪਿਆ। ਫਿਲਹਾਲ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਅੱਗੇ ਦੀ ਪੁੱਛ ਪੜਤਾਲ ਕੀਤੀ ਜਾਏਗੀ। ਘਟਨਾ ਜੀ, ਮੇਰੇ ਬੇਟੇ ਨੂੰ ਇਹਨੇ ਧਮਕੀਆਂ ਦਿੰਦਾ ਸੀ, ਮੇਰੇ ਬੇਟੇ ਨੇ ਸੁਸਾਈਡ ਕਰ ਲਈ ਸੀ। ਉਹਦਾ ਅਦਾਲਤ ਦੇ ਵਿੱਚ ਕੇਸ ਵੀ ਇਹਨਾਂ ਨਾਲ ਅਵਤਾਰ ਸਿੰਘ ਦਿਓਲ, ਰਘਵੀਰ ਸਿੰਘ ਅਤੇ ਮਨਜੀਤ ਸਿੰਘ ਇਹਨਾਂ ਦੇ ਨਾਲ ਕੇਸ ਚੱਲਦਾ ਸੀਗਾ। ਉਹਨੇ ਸੁਸਾਈਡ ਕਰ ਲਈ ਅਤੇ ਇਹਨਾਂ 'ਤੇ ਪਹਿਲਾਂ ਪਰਚਾ ਹੋਇਆ, FIR ਵਗੈਰਾ ਹੋਈ, ਫਿਰ ਇਨਕੁਆਇਰੀ ਦੇ ਵਿੱਚ ਵੀ ਇਹ ਫਿਰ ਦੋਸ਼ੀ ਪਾਏ ਗਏ, ਫਿਰ ਹਾਈ ਕੋਰਟ ਨੇ ਵੀ ਇਹਨੂੰ ਗ੍ਰਿਫਤਾਰੀ ਦਾ ਇਹਦੇ ਕੱਢੇ ਸੀਗੇ। ਫਿਰ ਇੱਥੋਂ ਲੋਕਲ ਆਪਣਾ ਜੱਜ ਸਾਹਿਬ ਦੇ ਵੀ ਅੱਗੇ ਆਰਡਰ ਦੇ ਦਿੰਦੇ, ਤੁਹਾਨੂੰ ਐਡਵੋਕੇਟ ਸਾਹਿਬ ਦੇ ਦਿੰਦੇ ਆ, ਇਹਦੇ ਨਿਕਲੇ ਸੀ। ਇਹ ਬਿਲਕੁਲ ਜੀ ਇੱਕ ਨੰਬਰ ਦਾ ਜਿਹੜਾ ਬੰਦਾ ਬਲੈਕਮੇਲ ਹੀ ਆ, ਇਹ ਸ਼ਹਿਰ ਦੇ ਵਿੱਚ ਕੋਈ ਨੂੰ ਨਹੀਂ ਬਖਸ਼ਦਾ ਪਿਆ, ਸਾਰਿਆਂ ਨੂੰ ਬਲੈਕਮੇਲ ਕਰਦਾ। ਮੇਰਾ ਬੇਟਾ ਜੀ, ਮੇਰਾ ਬੇਟਾ ਭੁਪਿੰਦਰ ਸਿੰਘ, ਮੇਰੇ ਫਾਦਰ ਸਰਦਾਰ ਗੁਰਮੁਖ ਸਿੰਘ ਹੋਣਾ ਦੇ ਪ੍ਰੈਸ਼ਰ 'ਚ ਕੀਤੀ, ਅਵਤਾਰ ਸਿੰਘ ਦਿਓਲ, ਮਨਜੀਤ ਸਿੰਘ ਝਬਾਲੀਆ ਤੇ ਰਘਵੀਰ ਸਿੰਘ ਮੁੱਠਿਆਂ ਵਾਲਾ। ਉਹਨਾਂ ਦਾ ਟਾਰਗੇਟ ਜੀ, ਇਹਨਾਂ ਦਾ ਕੰਮ ਹੀ ਬਲੈਕਮੇਲ ਨਹੀਂ ਕਰਨਾ, ਨਜਾਇਜ਼ ਹਰਾਸਮੈਂਟ ਬੱਚੇ ਦੀਆਂ ਰੋਜ਼ ਕੱਢੀ ਜਾਣ ਜੀ, ਇਹਨੇ ਪਟੇ ਕਿਉਂ ਕਰਾ ਲਏ, ਇਹਨੇ ਆਹ ਕਿਉਂ ਕਰ ਲਿਆ, ਇਹਨੇ ਉਹ ਕਿਉਂ ਕਰਨਾ। ਹਾਂ, ਪ੍ਰੋਪਰਟੀ ਮੈਟਰ, ਪ੍ਰੋਪਰਟੀ ਦੇਖੋ ਜੀ, ਪਿੰਡ ਬੁੰਗਾ ਭੰਗਾਲਾ ਦੀ ਪ੍ਰੋਪਰਟੀ ਮੈਟਰ ਸੀਗਾ, ਪਿੰਡ ਭੰਗਾਲਾ ਦੀ ਪੰਚਾਇਤ ਨੇ ਤੇ ਜਿਹੜੀ ਹੈਗੀ ਸੀ ਉੱਥੋਂ ਦੀ ਜਿਹੜੀ ਕਮੇਟੀ ਸੀ, ਉਹਨਾਂ ਬਕਾਇਦਾ ਆਪਣੇ ਮਤਾ ਪਾ ਕੇ ਕੋਰਟਾਂ ਦੇ ਵਿੱਚ ਜਾ ਕੇ ਬਿਆਨ ਦੇ ਕੇ ਕੇਸ ਜਿਹੜਾ ਵਾ ਉਹਨੂੰ ਵਾਪਸ ਕੀਤਾ, ਖਤਮ ਕੀਤਾ ਤੇ ਮੰਤ ਨੂੰ ਮੰਤ ਮੰਨਿਆ ਤੇ ਮੰਤ ਨੇ ਸਾਨੂੰ ਜਿਹੜਾ ਵਾ ਪਟੇ ਕਰਨ ਲਈ ਪਾਵਟਰ ਨਹੀਂ ਦਿੱਤੀ ਸੀ, ਅਸੀਂ ਉੱਥੋਂ ਕੀਤੀ। ਇਹ ਉਸ ਮੁੱਦੇ ਨੂੰ ਲੈ ਕੇ ਹੀ ਸਾਡੀ ਗੱਲ, ਜਦੋਂ ਕਿ ਜਿਹੜਾ ਦੇਣ ਵਾਲਾ ਪਿੰਡ ਭੰਗਾਲਾ ਸਹਿਮਤ ਆ, ਮੰਤ ਸਹਿਮਤ ਆ, ਇਹਦਾ ਮਤਲਬ ਹੀ ਸਿਰਫ ਲੋਕਾਂ ਨੂੰ ਬਲੈਕਮੇਲ ਕਰਨਾ, ਇਹਦਾ ਹੋਰ ਕੋਈ ਮਤਲਬ ਨਹੀਂ। ਜੇ ਕੋਈ ਅਫਸਰ ਸਾਡੀ ਸੁਣਵਾਈ ਕਰਦਾ, ਇਹ ਅਫਸਰ ਨੂੰ ਜਾ ਕੇ ਧਮਕੀ ਵੀ ਦਿੰਦਾ, ਤੇਰੀ ਮੈਂ ਵਿਜੀਲੈਂਸ ਤੋਂ ਜਾਂਚ ਕਰਾਊ, ਉਹਦੇ ਮੇਰੇ ਕੋਲ ਸਬੂਤ ਨਹੀਂ। ਇਹਨੇ SDM ਅਰੋੜਾ ਸਾਹਿਬ ਸੀਗੇ, ਉਹਨਾਂ ਕੋਲ ਇਨਕੁਆਇਰੀ ਲੱਗੀ, ਇਹਨੇ ਜੀ ਉਹਨਾਂ ਦਾ ਅਖਬਾਰ ਦੇ ਵਿੱਚ ਇਸ਼ਤਿਹਾਰ ਕਢਾਤਾ ਜੀ, ਇਹਨਾਂ ਦੀ ਜਾਂਚ ਕੀਤੀ ਜਾਵੇ, ਇਹ ਪ੍ਰੋਪਰਟੀ ਕਿੱਥੋਂ ਬਣੀ ਕਿੱਥੋਂ ਨਹੀਂ ਬਣੀ।
ਜਿਹੜਾ ਵੀ ਅਫਸਰ ਕੋਈ ਇਨਕੁਆਇਰੀ ਕਰਨ ਲੱਗਦਾ ਉਹਨੂੰ ਇਹੋ ਡਰਾਵਾ ਦੇ ਕੇ, ਵਿਜੀਲੈਂਸ ਦਾ ਡਰਾਵਾ ਦੇ ਕੇ ਤੇਰੀ ਜਾਇਦਾਦ ਦਾ ਵੇਰਵਾ ਕਢਾਊਗਾ, ਅਫਸਰ ਹੱਥ ਜੋੜ ਕੇ ਕਹਿੰਦਾ ਕਿ ਤੁਸੀਂ ਸੱਚੇ ਵੀ ਜੇ ਨਾ, ਮੈਂ ਜੇ ਇਹ ਕਰੂੰਗਾ ਤਾਂ ਮੇਰੀ ਰਿਟਾਇਰਮੈਂਟ ਆਉਣ ਵਾਲੀ ਆ ਅਤੇ ਮੇਰਾ ਸਾਰਾ ਕੁਛ ਖਤਮ ਹੋ ਜਾਣਾ, ਤਾਂ ਤੁਸੀਂ ਪਲੀਜ਼ ਮੇਰੇ ਤੋਂ ਇਨਕੁਆਇਰੀ ਚੁੱਕ ਕੇ ਕਿਸੇ ਹੋਰ ਅਫਸਰ ਤੋਂ ਲਾ ਲਓ। ਹਾਂਜੀ, ਅੱਜ ਗ੍ਰਿਫਤਾਰੀ ਕੀਤੀ ਜੀ ਪੁਲਿਸ ਨੇ, ਮੈਂ ਪੁਲਿਸ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਉਹਨਾਂ ਨੇ ਮੈਨੂੰ ਇਨਸਾਫ ਦਿੱਤਾ ਜੀ। ਗੁਮਰਾਹ ਕਰ ਜਾਂਦਾ, ਕਦੀ ਕੁਛ ਕਰ ਜਾਂਦਾ, ਇਹਦਾ ਕੰਮ ਹੀ ਅੱਜ ਇੱਥੇ ਡੀਸੀ ਆਫਿਸ ਲੱਗੇ ਹੋਏ, ਮੈਨੂੰ ਤਾਂ ਪਤਾ ਲੱਗਾ ਜੀ ਜਦੋਂ ਇਹਦੀ ਗ੍ਰਿਫਤਾਰੀ ਹੋਈ ਤੇ ਫਿਰ ਮੈਂ ਆਇਆ, ਮੈਂ ਐਸਪੀ ਸਾਹਿਬ ਦੇ ਚਲੋ ਅੰਦਰ ਜਾਣਾ ਸੀ ਪਰ ਮੈਨੂੰ ਉਹਨਾਂ ਨੇ ਕਿਹਾ ਕਿ ਬਾਅਦ 'ਚ ਮਿਲਦੇ ਆ, ਪਰ ਉਹਨਾਂ ਗ੍ਰਿਫਤਾਰੀ ਪਾ ਉਹਨੂੰ ਵੀ ਫੜ ਕੇ ਤੇ ਸਿਟੀ ਥਾਣੇ ਜਿਹੜਾ ਪੁਲਿਸ ਲੈ ਗਈ ਹੋਈ। ਆਫਿਸਰ ਨੂੰ ਮਿਲਣ ਆਇਆ ਸੀ, ਪਤਾ ਨਹੀਂ ਜੀ ਇਹ ਚੀਜ਼ ਤਾਂ ਉਹਨੂੰ ਪਤਾ ਹੋਊਗਾ, ਪਰ ਉਹ ਇੱਥੇ ਸੀ, ਉਹ ਸ਼ਰੇਆਮ ਘੁੰਮਦਾ ਸੀ, ਅੱਠ ਨੌ ਮਹੀਨੇ ਹੋ ਗਏ ਤੇ ਉਹਨੇ ਸ਼ਰੇਆਮ ਘੁੰਮਣ ਦੇ ਗਏ ਸੀ ਬੇਟੀ ਤੁਹਾਡੇ, ਬੇਟਾ ਮੇਰੇ ਦੀ ਜੀ 19.5 ਸਾਲ ਉਮਰ, ਜਿਹੜਾ ਸੁਸਾਈਡ ਕੀਤਾ ਵਾ ਕਦੇ ਨਹੀਂ ਕੀਤਾ ਸੀ ਉਹਨੇ, ਉਹਨੇ ਜੀ ਰਿਵਾਲਵਰ ਨਾਲ ਕੀਤਾ, ਪਿਸਟਲ ਨਾਲ, ਪਿਸਟਲ ਨਾਲ ਕੀਤਾ, ਉਹਨੂੰ ਬੇਟੇ ਨੂੰ ਇੰਨਾ ਜ਼ਿਆਦਾ ਟੌਰਚਰ ਹੀ ਇੰਨਾ ਕਰਤਾ ਜੀ। ਇਹ ਜੁਲਾਈ 2023 ਦੇ ਵਿੱਚ ਭੁਪਿੰਦਰ ਸਿੰਘ ਰਾਹੁਲ ਨੇ ਸੁਸਾਈਡ ਕਰ ਲਈ ਸੀ ਜੀ, ਅਤੇ ਵਿਕਰਮ ਸਿੰਘ ਪੁੱਤਰ ਗੁਰਮੁਖ ਸਿੰਘ ਦਾ ਬੇਟਾ ਸੀਗਾ ਜੀ, ਉਹਦੇ ਰਿਗਾਰਡਿੰਗ FIR ਨੰਬਰ 242/2023 ਦਰਜ ਹੋਇਆ ਸੀ ਥਾਣਾ ਸਿਟੀ 'ਚ, ਜਿਹਦੇ 'ਚ ਇਹ ਬੰਦਾ ਵਾਂਟਿਡ ਸੀ ਅਵਤਾਰ ਸਿੰਘ ਦਿਓਲ। ਇਸ ਤੋਂ ਬਾਅਦ ਇਹਦੇ ਉੱਤੇ ਫਿਰ ਇੱਕ 343/2023 FIR ਦਰਜ ਹੋਈ ਉਸੇ ਥਾਣੇ 'ਚ, ਇਹ ਦੋਨਾਂ ਕੇਸਾਂ 'ਚ ਵਾਂਟਿਡ ਸੀਗਾ, ਅਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਤਰਨ ਤਾਰਨ ਸਾਹਿਬ ਨੇ ਇਹਦੀ ਗ੍ਰਿਫਤਾਰੀ ਵਾਸਤੇ ਇਹਨੂੰ ਅਰੈਸਟ ਕਰਨ ਲਈ ਵਾਰੰਟ ਵੀ ਜਾਰੀ ਕੀਤਾ ਆ। ਅੱਜ ਲੋਕਲ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ, ਬੜੀ ਵਧੀਆ ਕਾਰਵਾਈ ਹੋਈ ਹੈ ਜੀ। ਕਿੰਨੀ ਦੇਰ ਤੋਂ ਵਾਰੰਟ ਜਾਰੀ ਹੋਇਆ ਸੀ ਇਹਦਾ ਜੀ? ਵਾਰੰਟ ਜਾਰੀ ਹੋਇਆ ਸੀ 6/2/2023 ਨੂੰ, ਲੋਕਲ ਪੁਲਿਸ ਨੇ ਕੋਰਟ 'ਚ ਦਰਖਾਸਤ ਦਿੱਤੀ ਸੀ ਇਹਨੂੰ ਫੜਨ ਲਈ, ਉਹਦੇ ਬਾਅਦ ਕੋਰਟ ਨੇ ਵਾਰੰਟ ਜਾਰੀ ਕੀਤਾ ਸੀ, ਹੁਣ ਇਹਦੀ 9/5 ਹੈ ਜੀ ਅੱਗੇ ਇਹਨੂੰ ਫੜ ਕੇ ਪੇਸ਼ ਕਰਨ ਵਾਸਤੇ। ਇਹ ਪੁਲਿਸ ਦਾ ਕਹਿਣਾ ਸੀਗਾ ਕਿ ਇਹਨੂੰ ਬੰਦੇ ਨੂੰ ਟਰੇਸ ਕਰ ਰਹੇ ਹਾਂ, ਲੱਭ ਨਹੀਂ ਰਿਹਾ, ਅੱਜ ਇਹ ਜਿਹੜਾ ਕਾਬੂ ਆ ਗਿਆ ਜੀ ਪੁਲਿਸ 'ਤੇ, ਅਤੇ ਇਹਨੂੰ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਜੀ ਅਰੈਸਟ ਕਰਨ ਦੇ। ਅਮਰਿੰਦਰ ਜੀ ਭਾਅ ਜੀ ਕੀ ਮਾਮਲਾ ਸਾਰਾ? ਇਹ ਜੀ ਮੁਕੱਦਮੇ ਦੇ ਵਿੱਚ ਹੈਗਾ ਸੀ ਵਾਂਟਡ, ਯਾਨੀ ਕਿ ਉੱਥੇ ਦਫ਼ਤਰ ਵਿੱਚ ਤੁਰਿਆ ਕਰਦਾ ਸੀ, ਅਤੇ ਇਹਨਾਂ ਨੂੰ ਜਿਹੜਾ ਵਾ ਮਦਈ ਪਾਰਟੀ ਨੇ ਪਾਇਆ ਗਿਆ। ਅਤੇ ਕਿਹੜੀ ਜਗ੍ਹਾ, ਕੀ ਨਾਂ, ਕੀ ਇਹਦਾ, ਕਿੱਥੇ ਤੁਰਿਆ ਫਿਰਦਾ? ਅਵਤਾਰ ਸਿੰਘ ਆ, ਸਰਕਾਰੀ ਦਫ਼ਤਰ ਦਾ ਵੀ ਫਿਰਦਾ। ਇਹ ਕਿਹੜੇ ਮੁਕੱਦਮੇ 'ਚ ਵਾਂਟਡ ਸੀ? ਇਹ ਜੀ 23 ਮੁਕੱਦਮਾ ਵਾ। ਅੱਛਾ ਜੀ, ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇੱਕ ਮਿੰਟ, ਹਾਂਜੀ, ਜੱਜ ਸਾਹਿਬ ਵੱਲੋਂ ਰੈਸਟੋਰੈਂਟ ਹੈ। ਮਤਲਬ ਇੱਥੋਂ ਰੈਸਟੋਰੈਂਟ ਹੈ ਕਿ ਹਾਈਕੋਰਟ ਤੋਂ? ਨਹੀਂ ਨਹੀਂ ਇੱਥੋਂ ਰੈਸਟੋਰੈਂਟ ਆ। ਹਾਂਜੀ ਹਾਂਜੀ, ਅਤੇ ਹੁਣ ਕੀ ਕਾਰਵਾਈ ਕੀਤੀ, ਅਰੈਸਟ ਕੀਤਾ ਗਿਆ? ਦੇਖੋ ਲੈ ਕੇ ਸੀਨੀਅਰ ਅਫਸਰ ਨੇ ਨੌਲੇਜ ਚੈੱਕ, ਅਗਲੀ ਕਾਰਵਾਈ ਜੋ ਵੀ ਅਫਸਰ ਦੱਸ ਦੇਣਗੇ ਜੋ ਵੀ।